ਮਾਨਸਾ ਦੇ ਕਸਬਾ ਭਿੱਖੀ 'ਚ ਇੱਕ ਸੜਕ ਦੁਰਘਟਨਾ ਵਿੱਚ ਕੈਂਟਰ ਤੇ ਕਾਰ ਦੀ ਟੱਕਰ ਨਾਲ ਕਾਰ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਘਟਨਾ ਤੋਂ ਬਾਅਦ ਕੈਂਟਰ ਚਾਲਕ ਫਰਾਰ ਹੋ ਗਿਆ। ਪੁਲਿਸ ਵੱਲੋਂ ਮ੍ਰਿਤਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਹ ਸਰ ਇੱਕ ਨਾ ਗੱਡੀ ਆ ਰਹੀ ਸੀਗੀ ਜੀ ਆਪਣੇ ਸੁਨਾਮ ਸਾਈਡ ਤੋਂ ਜੀ। ਹਾਂਜੀ, ਅਤੇ ਇਹ ਜਿਹੜਾ ਟਰੱਕ ਸੀਗਾ ਇਹ ਇੱਧਰੋਂ ਆ ਰਹੇ ਸੀ ਮਾਨਸਾ ਸਾਈਡ ਤੋਂ ਜੀ। ਹਾਂਜੀ, ਉਹਨਾਂ ਦਾ ਐਕਸੀਡੈਂਟ ਹੋ ਗਿਆ ਜੀ ਉੱਥੇ। ਇਹ ਹੋਇਆ ਜੀ ਆਪਣੇ ਜਿਹੜਾ ਟੀ ਪੁਆਇੰਟ ਪੈਂਦਾ ਜੀ ਭਿੱਖੀ, ਉੱਥੇ ਹੋਇਆ ਸਰ। ਇਹਦੇ 'ਚ 3 ਪਰਸਨ ਸੀਗੇ ਜੀ, ਉਹ ਡੈੱਡ ਹੋ ਗਏ ਸਰ। ਉਹਨਾਂ ਦੀ ਸ਼ਨਾਖਤ ਕਰਕੇ ਡੈੱਡ ਬੋਡੀ ਦੀ ਜਿਹੜੀ ਬਣਦੀ ਕਾਰਵਾਈ ਹੋ ਗਈ ਉਹ ਅਮਲ ਵਿੱਚ।